ਸਾਨੂੰ ਇੱਕ ਇਤਲਾਹ ਮਿਲੀ ਸੀ ਜਿਸ ਵਿੱਚ ਕਿ ਇੱਕ ਐਲਿਜਡ ਐਬਡਕਸ਼ਨ ਦੀ ਰਿਪੋਰਟ ਆਈ ਸੀਗੀ ਕਿ ਇੱਕ ਲੜਕਾ ਜਿਹਦੀ ਕਿ ਕਾਰ ਜਿਹੜੀ ਹੈ ਉਹ ਸਰੂਪੁਰ ਦੇ ਕੋਲ ਇੱਕ ਰੋਡ ਦੇ ਉੱਤੇ ਅਬੈਂਡਨਡ ਜਗ੍ਹਾ 'ਤੇ ਮਿਲੀ ਸੀਗੀ ਅਤੇ ਉਹਦੇ ਵਿੱਚ ਗੱਡੀ ਦੀ ਚਾਬੀ ਵੀ ਲੱਗੀ ਹੋਈ ਸੀ ਅਤੇ ਉਹਦਾ ਇੱਕ ਬੂਟ ਵੀ ਉਹਦੇ ਵਿੱਚ ਪਿਆ ਸੀ ਉਹ ਲੜਕੇ ਦਾ ਅਤੇ ਉਹਦੀ ਫੈਮਿਲੀ ਨੇ ਦੇ ਬਿਆਨਾਂ ਦੇ ਉੱਤੇ ਅਸੀਂ ਸਵਿਫਟਲੀ ਕੰਮ ਕਰਦੇ ਹੋਏ ਪਰਚਾ ਦਰਜ ਕੀਤਾ ਸੀਗਾ ਅੰਡਰ ਸੈਕਸ਼ਨ 365 ਆਫ IPC ਦੈਟ ਇਜ਼ ਅਬਡਕਸ਼ਨ ਅਤੇ ਨਾਲ ਦੇ ਨਾਲ ਹੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕੰਮ ਉੱਤੇ ਲਗਾ ਕੇ ਉਹਨਾਂ ਦੇ CCTV ਕੈਮਰਾਸ ਚੈੱਕ ਕੀਤੇ ਸੀ ਉਹਦੀ CDRs ਦੇਖੀਆਂ ਸੀਗੀਆਂ ਉਹਦੀਆਂ ਲਾਸਟ ਲੋਕੇਸ਼ਨ ਵਗੈਰਾ ਚੈੱਕ ਕੀਤੀਆਂ ਇਨ ਦਾ ਮੀਨ ਟਾਈਮ ਇਹ ਮਾਮਲਾ ਜਿਹੜਾ ਸ਼ੱਕੀ ਜਾਪਦਾ ਸੀਗਾ ਇਸ ਕਰਕੇ ਅਸੀਂ ਇਹਨੂੰ ਬੜੀ ਡੂੰਘਾਈ ਦੇ ਨਾਲ ਇਹਦੀ ਤਫਤੀਸ਼ ਕਰ ਰਹੇ ਸੀਗੇ ਦੌਰਾਨੇ ਤਫਤੀਸ਼ ਸਾਨੂੰ ਇੱਕ ਹੋਰ ਨੰਬਰ ਮਿਲਿਆ ਜੋ ਕਿ ਉਹ ਲੜਕੇ ਨੇ ਨਵਾਂ ਪਰਚੇਸ ਕੀਤਾ ਸੀ ਜਲੰਧਰ ਤੋਂ ਜਦੋਂ ਉਹਦੀ ਅਸੀਂ ਲੋਕੇਸ਼ਨ ਲਈ ਗਈ ਤਾਂ ਉਹ ਲੋਕੇਸ਼ਨ ਜਿਹੜੀ ਸੀਗੀ ਸਾਡੀ ਬੰਗਿਆਂ ਦੇ ਕੋਲ ਆਈ ਅਸੀਂ ਆਪਣੀ ਟੀਮਸ ਜਿਹੜੀਆਂ ਅਲੱਗ ਅਲੱਗ ਟੀਮਸ ਬਣਾ ਕੇ ਆਪਣੀਆਂ ਬੰਗਾਂ ਰਵਾਨਾ ਕੀਤੀਆਂ ਅਤੇ ਲੜਕੇ ਨੂੰ ਸਹੀ ਸਲਾਮਤ ਹਾਲਤ ਦੇ ਵਿੱਚ ਉੱਥੋਂ ਰਿਕਵਰ ਕੀਤਾ ਕੀ ਕਾਰਨ ਸਮਝਿਓ ਸਰ ਜਿਹੜਾ ਕਿਡਨੈਪਿੰਗ ਉਹਨੇ ਆਪ ਹੀ ਦੱਸਿਆ ਜੀ ਜਦੋਂ ਉਹਨੂੰ ਲਾ ਕੇ ਫਿਰ ਅਸੀਂ ਪੁੱਛਗਿੱਛ ਕੀਤੀ ਕਿ ਕਿਸ ਨੇ ਉਹਦੀ ਕਿਡਨੈਪਿੰਗ ਕੀਤੀ ਸੀ ਤਾਂ ਉਹਨੇ ਜਿਹੜਾ ਆਪਣਾ ਇਨਕਸ਼ਾਫ ਕੀਤਾ ਕਿ ਜੀ ਇਹ ਚੀਜ਼ ਉਹਨੇ ਆਪ ਹੀ ਸਾਰੀ ਸਟੇਜ ਕੀਤਾ ਸੀ ਡਰਾਮਾ ਕਿਉਂਕਿ ਇਹ ਲੜਕਾ ਗਲਤ ਸੰਗਤ ਵਿੱਚ ਪੈ ਗਿਆ ਸੀਗਾ ਜਿਸ ਕਰਕੇ ਇਹਨੇ ਆਪਣੇ ਫਾਦਰ ਦੇ ਅਕਾਊਂਟ ਦੇ ਵਿੱਚੋਂ ਕਰੀਬ 1-1.25 ਲੱਖ ਰੁਪਇਆ ਜਿਹੜਾ ਕਢਾ ਕੇ ਅਤੇ ਅਯਾਸ਼ ਪ੍ਰਸਤੀ ਦੇ ਉੱਤੇ ਖਰਚ ਕਰ ਦਿੱਤਾ ਸੀ ਉਹਦੇ ਉਹਨਾਂ ਦਿਨਾਂ ਦੇ ਵਿੱਚ 20-30 ਹਜ਼ਾਰ ਕਢਾਇਆ ਗਿਆ ਉਸ ਤੋਂ ਪਹਿਲਾਂ ਇਹ ਕਾਫੀ ਦੇਰ ਤੋਂ ਮਹੀਨੇ ਤੋਂ ਆਪਣੇ ਫਾਦਰ ਦੇ ਪੈਸੇ ਥੋੜ੍ਹੇ ਕਰਕੇ ਕਢਵਾ ਕੇ ਅਤੇ ਐਸ਼ ਪ੍ਰਸਤੀ ਵਿੱਚ ਪਿਆ ਹੋਇਆ ਸੀਗਾ ਜਿਹਦੀ ਆਪਾਂ ਹੁਣ ਤਫਤੀਸ਼ ਕਰ ਰਹੇ ਹਾਂ ਕਿ ਇਹ ਪੈਸੇ ਕਿੱਥੇ ਖਰਚ ਕਰ ਰਿਹਾ ਸੀ ਤਾਂ ਜੋ ਇਹਦੇ ਨਾਲ ਜੇਕਰ ਕਿ ਬੰਦੇ ਨੇ ਰਲ ਕੇ ਇਹ ਚੀਜ਼ ਸਾਰਾ ਡਰਾਮਾ ਜੇ ਇੱਥੋਂ ਰਚਵਾਇਆ ਤਾਂ ਅਸੀਂ ਉਸਨੂੰ ਵੀ ਇਸ ਦੇ ਵਿੱਚ ਜਿਹੜੇ ਆ ਕੜੀ ਤੋਂ ਕੜੀ ਸਜ਼ਾ ਦਵਾਵਾਂ ਲੜਕਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹਾਂਜੀ ਲੜਕਾ ਸਹੀ ਸਲਾਮਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸਾਨੂੰ ਇੱਕ ਇਤਲਾਹ ਮਿਲੀ ਸੀ ਜਿਸ ਵਿੱਚ ਕਿ ਇੱਕ ਐਲਿਜਡ ਐਬਡਕਸ਼ਨ ਦੀ ਰਿਪੋਰਟ ਆਈ ਸੀਗੀ ਕਿ ਇੱਕ ਲੜਕਾ ਜਿਹਦੀ ਕਿ ਕਾਰ ਜਿਹੜੀ ਹੈ ਉਹ ਸਰੂਪੁਰ ਦੇ ਕੋਲ ਇੱਕ ਰੋਡ ਦੇ ਉੱਤੇ ਅਬੈਂਡਨਡ ਜਗ੍ਹਾ 'ਤੇ ਮਿਲੀ ਸੀਗੀ ਅਤੇ ਉਹਦੇ ਵਿੱਚ ਗੱਡੀ ਦੀ ਚਾਬੀ ਵੀ ਲੱਗੀ ਹੋਈ ਸੀ ਅਤੇ ਉਹਦਾ ਇੱਕ ਬੂਟ ਵੀ ਉਹਦੇ ਵਿੱਚ ਪਿਆ ਸੀ ਉਹ ਲੜਕੇ ਦਾ ਅਤੇ ਉਹਦੀ ਫੈਮਿਲੀ ਨੇ ਦੇ ਬਿਆਨਾਂ ਦੇ ਉੱਤੇ ਅਸੀਂ ਸਵਿਫਟਲੀ ਕੰਮ ਕਰਦੇ ਹੋਏ ਪਰਚਾ ਦਰਜ ਕੀਤਾ ਸੀਗਾ ਅੰਡਰ ਸੈਕਸ਼ਨ 365 ਆਫ IPC ਦੈਟ ਇਜ਼ ਅਬਡਕਸ਼ਨ ਅਤੇ ਨਾਲ ਦੇ ਨਾਲ ਹੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕੰਮ ਉੱਤੇ ਲਗਾ ਕੇ ਉਹਨਾਂ ਦੇ CCTV ਕੈਮਰਾਸ ਚੈੱਕ ਕੀਤੇ ਸੀ ਉਹਦੀ CDRs ਦੇਖੀਆਂ ਸੀਗੀਆਂ ਉਹਦੀਆਂ ਲਾਸਟ ਲੋਕੇਸ਼ਨ ਵਗੈਰਾ ਚੈੱਕ ਕੀਤੀਆਂ ਇਨ ਦਾ ਮੀਨ ਟਾਈਮ ਇਹ ਮਾਮਲਾ ਜਿਹੜਾ ਸ਼ੱਕੀ ਜਾਪਦਾ ਸੀਗਾ ਇਸ ਕਰਕੇ ਅਸੀਂ ਇਹਨੂੰ ਬੜੀ ਡੂੰਘਾਈ ਦੇ ਨਾਲ ਇਹਦੀ ਤਫਤੀਸ਼ ਕਰ ਰਹੇ ਸੀਗੇ ਦੌਰਾਨੇ ਤਫਤੀਸ਼ ਸਾਨੂੰ ਇੱਕ ਹੋਰ ਨੰਬਰ ਮਿਲਿਆ ਜੋ ਕਿ ਉਹ ਲੜਕੇ ਨੇ ਨਵਾਂ ਪਰਚੇਸ ਕੀਤਾ ਸੀ ਜਲੰਧਰ ਤੋਂ ਜਦੋਂ ਉਹਦੀ ਅਸੀਂ ਲੋਕੇਸ਼ਨ ਲਈ ਗਈ ਤਾਂ ਉਹ ਲੋਕੇਸ਼ਨ ਜਿਹੜੀ ਸੀਗੀ ਸਾਡੀ ਬੰਗਿਆਂ ਦੇ ਕੋਲ ਆਈ ਅਸੀਂ ਆਪਣੀ ਟੀਮਸ ਜਿਹੜੀਆਂ ਅਲੱਗ ਅਲੱਗ ਟੀਮਸ ਬਣਾ ਕੇ ਆਪਣੀਆਂ ਬੰਗਾਂ ਰਵਾਨਾ ਕੀਤੀਆਂ ਅਤੇ ਲੜਕੇ ਨੂੰ ਸਹੀ ਸਲਾਮਤ ਹਾਲਤ ਦੇ ਵਿੱਚ ਉੱਥੋਂ ਰਿਕਵਰ ਕੀਤਾ ਕੀ ਕਾਰਨ ਸਮਝਿਓ ਸਰ ਜਿਹੜਾ ਕਿਡਨੈਪਿੰਗ ਉਹਨੇ ਆਪ ਹੀ ਦੱਸਿਆ ਜੀ ਜਦੋਂ ਉਹਨੂੰ ਲਾ ਕੇ ਫਿਰ ਅਸੀਂ ਪੁੱਛਗਿੱਛ ਕੀਤੀ ਕਿ ਕਿਸ ਨੇ ਉਹਦੀ ਕਿਡਨੈਪਿੰਗ ਕੀਤੀ ਸੀ ਤਾਂ ਉਹਨੇ ਜਿਹੜਾ ਆਪਣਾ ਇਨਕਸ਼ਾਫ ਕੀਤਾ ਕਿ ਜੀ ਇਹ ਚੀਜ਼ ਉਹਨੇ ਆਪ ਹੀ ਸਾਰੀ ਸਟੇਜ ਕੀਤਾ ਸੀ ਡਰਾਮਾ ਕਿਉਂਕਿ ਇਹ ਲੜਕਾ ਗਲਤ ਸੰਗਤ ਵਿੱਚ ਪੈ ਗਿਆ ਸੀਗਾ ਜਿਸ ਕਰਕੇ ਇਹਨੇ ਆਪਣੇ ਫਾਦਰ ਦੇ ਅਕਾਊਂਟ ਦੇ ਵਿੱਚੋਂ ਕਰੀਬ 1-1.25 ਲੱਖ ਰੁਪਇਆ ਜਿਹੜਾ ਕਢਾ ਕੇ ਅਤੇ ਅਯਾਸ਼ ਪ੍ਰਸਤੀ ਦੇ ਉੱਤੇ ਖਰਚ ਕਰ ਦਿੱਤਾ ਸੀ ਉਹਦੇ ਉਹਨਾਂ ਦਿਨਾਂ ਦੇ ਵਿੱਚ 20-30 ਹਜ਼ਾਰ ਕਢਾਇਆ ਗਿਆ ਉਸ ਤੋਂ ਪਹਿਲਾਂ ਇਹ ਕਾਫੀ ਦੇਰ ਤੋਂ ਮਹੀਨੇ ਤੋਂ ਆਪਣੇ ਫਾਦਰ ਦੇ ਪੈਸੇ ਥੋੜ੍ਹੇ ਕਰਕੇ ਕਢਵਾ ਕੇ ਅਤੇ ਐਸ਼ ਪ੍ਰਸਤੀ ਵਿੱਚ ਪਿਆ ਹੋਇਆ ਸੀਗਾ ਜਿਹਦੀ ਆਪਾਂ ਹੁਣ ਤਫਤੀਸ਼ ਕਰ ਰਹੇ ਹਾਂ ਕਿ ਇਹ ਪੈਸੇ ਕਿੱਥੇ ਖਰਚ ਕਰ ਰਿਹਾ ਸੀ ਤਾਂ ਜੋ ਇਹਦੇ ਨਾਲ ਜੇਕਰ ਕਿ ਬੰਦੇ ਨੇ ਰਲ ਕੇ ਇਹ ਚੀਜ਼ ਸਾਰਾ ਡਰਾਮਾ ਜੇ ਇੱਥੋਂ ਰਚਵਾਇਆ ਤਾਂ ਅਸੀਂ ਉਸਨੂੰ ਵੀ ਇਸ ਦੇ ਵਿੱਚ ਜਿਹੜੇ ਆ ਕੜੀ ਤੋਂ ਕੜੀ ਸਜ਼ਾ ਦਵਾਵਾਂ ਲੜਕਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹਾਂਜੀ ਲੜਕਾ ਸਹੀ ਸਲਾਮਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ